ਤੇ ਹਰਸੂਰ ਸਿੰਘ ਇੰਚਾਰਜ ਚੌਂਕੀ ਸਿਟੀ ਪਤੜਾ ਪਾਰਟੀ ਦੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਤੇ ਹੈਗੇ ਸੀ ਇਹਨਾਂ ਨੂੰ ਇਤਲਾਹ ਮਿਲੀ ਕਿ ਕੁਝ ਵਿਅਕਤੀਆਂ ਨੇ ਜੋ ਜਾਲੀ ਕਰੰਸੀ ਤਿਆਰ ਕਰਕੇ ਅੱਗੇ ਇਹ ਸਸਤੇ ਰੇਟ 'ਚ ਅੱਗੇ ਲੋਕਾਂ ਨੂੰ ਵੇਚ ਕੇ ਲੋਕਾਂ ਨੂੰ ਠੱਗੀਆਂ ਮਾਰ ਰਹੇ ਨੇ ਤੇ ਵੀ ਉਹਨਾਂ ਨੇ ਇੱਕ ਸੁੰਦਰ ਵਸਤੀ 'ਚ ਕੋਠੀ ਕਿਰਾਏ 'ਤੇ ਲਈ ਹੋਈ ਹੈ ਉੱਥੇ ਬੈਠ ਕੇ ਇਹ ਪ੍ਰਿੰਟਿੰਗ ਮਸ਼ੀਨਾਂ ਨੇ ਰੱਖੀਆਂ ਹੋਈਆਂ ਨੇ ਅਤੇ ਉੱਥੇ ਨੋਟ ਤਿਆਰ ਕਰਦੇ ਨੇ ਕਿੰਨੀ ਏਜੰਸੀ ਬੜੀ ਮੌਕੇ ਦੇ ਇਹਦੇ 'ਚ ਫਿਰ ਪੁਲਿਸ ਪਾਰਟੀ ਨੇ ਰੇਡ ਕੀਤਾ ਉਸ ਕੋਠੀ 'ਤੇ ਤਾਂ ਉੱਥੋਂ ਦੋ ਵਿਅਕਤੀ ਕਾਬੂ ਆ ਗਏ ਬਾਕੀ ਤਿੰਨ ਭੱਜਣ 'ਚ ਕਾਮਯਾਬ ਹੋ ਗਏ ਨੇ ਜਿਹੜੇ ਕਾਬੂ ਆਏ ਉਹਨਾਂ 'ਚ ਜਸਵਿੰਦਰ ਸਿੰਘ ਹੈ ਜੋ ਅਤਾਲਾਂ ਦਾ ਰਹਿਣ ਵਾਲਾ ਹੈ ਅਤੇ ਇੱਕ ਸਾਹਿਬ ਸਿੰਘ ਹੈ ਜੋ ਉੱਥੇ ਆਪਣੇ ਪਤਲਾਂ ਦੀ ਸੁੰਦਰ ਵਸਤੀ ਦਾ ਰਹਿਣ ਵਾਲਾ ਇਹਨਾਂ ਕੋਲੋਂ ਉੱਥੇ ਮੌਕੇ 'ਤੇ ਦੋ ਪ੍ਰਿੰਟਰ ਮਸ਼ੀਨਾਂ ਨੇ ਜਿਹੜੀਆਂ ਜਿਹਦੇ ਨਾਲ ਜਾਲੀ ਕਰੰਸੀ ਤਿਆਰ ਕਰਦੇ ਨੇ ਕਲਰਡ ਪ੍ਰਿੰਟਰ ਨੇ ਹੈਗੇ ਉਹ ਬਰਾਮਦ ਹੋਈਆਂ ਨੇ ਅਤੇ 500 ਦੇ ਨੋਟ 200 ਦੇ ਨੋਟ ਅਤੇ 100-100 ਰੁਪਏ ਨੋਟ ਕੁੱਲ 11,300 ਰੁਪਏ ਦੀ ਇਹ ਜਾਲੀ ਕਰੰਸੀ ਸਾਨੂੰ ਜਿਹੜੀ ਹੈਗੀ ਹੈ ਤਿਆਰ ਬਰਾਮਦ ਮਿਲੀ ਹੈ ਇਸ ਤੋਂ ਇਲਾਵਾ ਕੁਛ ਜਿਹੜਾ ਰਾ ਮਟੀਰੀਅਲ ਜਾਂ ਤਿਆਰ ਕਰ ਰਹੇ ਸੀਗੇ ਪ੍ਰਿੰਟਰਾਂ ਦੇ ਵਿੱਚ ਪਏ ਸੀ ਪੇਜ ਉਹਨਾਂ ਉੱਤੇ ਵੀ ਕਈਆਂ ਦੇ ਡਬਲ ਸਾਈਡ 'ਤੇ ਵੀ ਸਿੰਗਲ ਸਾਈਡ 'ਤੇ ਵੀ 3-3 ਨੋਟ ਛਾਪੇ ਹੋਏ ਨੇ ਅਤੇ ਉਹ ਵੀ ਕਾਫੀ ਮਾਤਰਾ 'ਚ ਬਰਾਮਦ ਹੋਏ ਨੇ ਇਹ ਇੱਕ ਦੋਸ਼ੀ ਜਿਹੜਾ ਸਾਹਿਬ ਸਿੰਘ ਅਰੈਸਟ ਕੀਤਾ ਹੈ ਇਹ ਗੱਡੀ ਗੁੱਡੀ ਚਲਾਉਂਦੇ ਨੇ ਇਹ ਜੇ ਬਾਹਰ ਜਾਂਦੇ ਨੇ ਢਾਬਿਆਂ ਹੋਟਲਾਂ 'ਤੇ ਜਾਂ ਕਿਤੇ ਗੱਡੀ ਦਾ ਟਾਇਰ ਪੈਂਚਰ ਲਵਾਉਣਾ ਹੋਰ ਲਵਾਉਣਾ ਹੈ ਇਹ 2-2, 4-4, 500-500 ਕਰਕੇ ਚਲਾ ਦਿੰਦੇ ਸੀ ਅਤੇ ਨੋਟ ਇਹਨਾਂ ਨੇ ਬਿਲਕੁਲ ਇੱਦਾਂ ਬਣਾਇਆ ਹੋਇਆ ਵੀ ਜਿਹਨਾਂ ਦੀ ਕੋਈ ਪਛਾਣ ਨਹੀਂ ਆਉਂਦੀ ਕਾਫੀ ਮਾਤਰਾ 'ਚ ਪਹਿਲਾਂ ਇਹ ਮਾਰਕੀਟ 'ਚ ਚਲਾ ਵੀ ਚੁੱਕੇ ਨੇ ਪਾਤਰਾ ਸ਼ਹਿਰ ਚੱਲੇ ਕੋਈ ਇਹਨਾਂ ਦਾ ਪਾਤਰਾ ਸ਼ਹਿਰ ਵੀ ਚਲਾ ਚੁੱਕੇ ਨੇ ਕਿਉਂਕਿ ਸਾਰੇ ਦੋਸ਼ੀ ਨਹੀਂ ਪੜੇਗੇ ਅਤੇ ਇਹਨਾਂ ਨੇ ਕੁਛ ਸਾਹਿਬ ਸਿੰਘ ਨੇ ਮੰਨਿਆ ਵੀ ਅਸੀਂ 8-10 ਹਜ਼ਾਰ ਰੁਪਏ ਚਲਾ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ ਹੋਰ ਵੀ ਪਤਾ ਨਹੀਂ ਕਿੰਨਿਆਂ ਨੇ ਚਲਾਇਆ ਹੋਊ ਕਿਉਂਕਿ ਤਿੰਨ ਦੋਸ਼ੀ ਗ੍ਰਿਫਤ ਤੋਂ ਬਾਹਰ ਨੇ ਅਤੇ ਰਿਮਾਂਡ ਮਿਲਣ ਦੇ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਅਤੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਾਲੀ ਕਰੰਸੀ ਦੇ ਨਾਲ ਇਕਿਊਪਮੈਂਟਸ ਜਿਹੜਾ ਹਾਜ਼ਰ ਸਮਾਨ ਹੈ ਕਟਰ ਵਗੈਰਾ ਅਤੇ ਇੱਕ ਟੇਪ ਗ੍ਰੀਨ ਕਲਰ ਦੀ ਟੇਪ ਜੋ ਕੱਟ ਕੇ ਉਹ ਨੋਟ ਦੇ ਉੱਤੇ ਲਗਾਉਂਦੇ ਨੇ ਹਾਂਜੀ ਗਰੋਹ ਹੈ ਇਹਦੇ 'ਚ 2 ਬੰਦੇ ਦਿੱਲੀ ਦੇ ਸ਼ਾਮਿਲ ਨੇ ਜੋ ਐਕਸਪਰਟ ਨੇ ਇਹਦੇ ਇਹ ਤਿਆਰ ਕਰਨ ਦੇ ਪੂਰਾ ਹਾਂਜੀ ਇਹ ਆਮ ਭੋਲੇ ਭਾਲੇ ਲੋਕਾਂ ਨੂੰ ਆਪਣੇ ਚੁੰਗਲ 'ਚ ਲੈ ਲੈਂਦੇ ਨੇ ਜਿਹੜਾ ਕੋਈ ਗਰੀਬ ਬੰਦਾ ਹੈ ਉਹਨਾਂ ਦੀਆਂ ਗੱਲਾਂ 'ਚ ਆ ਜਾਂਦਾ ਅਤੇ ਪਹਿਲਾਂ ਉਹਨਾਂ ਨੂੰ ਇਹ ਫ੍ਰੀ 'ਚ ਦਿੰਦੇ ਨੇ ਤੁਸੀਂ ਚਲਾ ਕੇ ਦੇਖੋ ਉਸ ਤੋਂ ਬਾਅਦ 'ਚ ਇਹਨਾਂ ਨੇ ਇਹ ਕਰੰਸੀ ਅੱਗੇ ਜੋ ਉਹਨੇ ਪੁੱਛ ਖਿੱਚਾ ਹੈ ਵੀ ਅੱਗੇ ਇਹਨਾਂ ਨੇ ਵੇਚਣੀ ਵੀ ਸੀਗੀ ਪਹਿਲੀ ਕਰੰਸੀ ਦਾ ਬਾਈ ਨੇ 5 ਤੇ ਹੋਇਆ ਜੀ ਬਾਕੀ ਇਹਦੇ 'ਚ 2-3 ਬੰਦੇ ਹੋਰ ਵੀ ਇਨਵੋਲਵ ਹੋ ਸਕਦੇ ਨੇ ਉਹ ਅਜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਦਾ ਖੁਲਾਸਾ ਬਾਅਦ 'ਚ ਕਰਾਂਗੇ ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ